पंजाब में आगामी विधानसभा चुनाव अकाली भाजपा के अलग अलग लड़ने के भले ही कितने ही कयास लगाए जा रहे हैं, मगर भाजपा के राष्ट्रीय सचिव आरपी सिंह पंजाब में चल रही ऐसी चर्चाओं से इत्तेफाक नहीं रखते। आरपी सिंह का कहना है कि अकाली दल से भाजपा गठबंधन बहुत ही पुराना और मजबूत है। उन्होंने कहा कि पंजाब में अकाली भाजपा के गठबंधन के टूटने के सभी दावे सिर्फ और सिर्फ अफवाहें हैं। इस बार भी पंजाब में अकाली और भाजपा मिलकर चुनाव लड़ेंगे। इस अवसर पर वन मंत्री भगत चुनीलाल, राकेश राठौर, जगतार सैनी, रवि महेंद्रू, विनोद शर्मा, एडवोकेट सुभाष सूद, मोहिंदर भगत, प्रदेश प्रवक्ता दीवान अमित अरोड़ा सहित अन्य गणमान्य लोग भी मौजूद थे। 84 ਦੇ ਜਿਹੜੇ ਸਾਡੇ ਵੀਰ ਇੱਥੇ ਫੈਮਿਲੀ ਹੈਗੇ ਨੇ ਉਹਨਾਂ ਨੂੰ ਮਿਲਣ ਆਇਆ ਸੀ। ਉਹਨਾਂ ਦੇ ਏਜੰਡਾ ਸੀ, ਇਸ਼ੂ ਸੀ, ਕੇਬਿਟ ਕਾਲਿੰਗ ਨਹੀਂ ਆਪਣੀ ਸਾਡੇ ਕੋਲ ਆਓ ਸਮਝੋ ਗੱਲ ਨੂੰ। ਉਸ ਕਰਕੇ ਆਇਆ ਸੀ, ਇਹਨਾਂ ਨੇ ਆਪਣਾ ਇੱਕ ਮੰਗ ਪੱਤਰ ਦਿੱਤਾ। ਉਹਦੇ ਜਿਹੜੇ ਸਾਡੇ ਸੈਂਟਰ ਨਾਲ ਰਿਲੇਟਡ ਇਸ਼ੂਜ਼ ਨੇ, ਸਿੱਟ ਵਗੈਰਾ ਦੇ, ਉਹ ਮੈਂ ਉੱਥੇ ਪਰਸਿਊ ਕਰਾਂਗਾ। ਆਈ ਵਿਲ ਪਰਸਿਊ ਦੈਟ ਦੇਅਰ। ਔਰ ਜੇ ਲੋਕਲ ਗਵਰਨਮੈਂਟ ਇਸ਼ੂ ਤਾਂ ਉਹਨਾਂ ਦੇ ਉੱਥੇ ਉਹ ਵੀ ਇੱਥੇ ਕੇਸ ਕਰਾਂਗੇ ਜਿਹੜੇ ਇਹਨਾਂ ਦੇ ਇਸ਼ੂਜ਼ ਪੈਂਡਿੰਗ ਨੇ। ਉਹ 84 ਦੇ ਜਿਹੜੇ ਰੋਇਟ ਜਿਹੜੇ ਉਸ ਦੇ ਕਤਲੇਆਮ ਦੇ ਜਿਹੜੇ ਪੀੜਿਤ ਨੇ ਉਹਨਾਂ ਦਾ ਮਾਮਲਾ ਗੱਲ ਕਰਨ ਆਇਆ ਸੀ। ਉਹ ਗਵਰਨਮੈਂਟ ਇਸ ਥੋਟ ਆਫ ਇਟ ਨਾਟ ਕੀਤਾ ਨਹੀਂ, ਮਾਡਲ ਕੋਡ ਆਫ ਕੰਡਕਟ ਕਰਕੇ ਰੁਕ ਗਿਆ ਮਾਮਲਾ। ਵੀ ਆਲਸੋ ਨੋ ਇਟ। ਔਰ ਉਹ ਸਰਕਾਰ ਨੇ ਉਹਦੀ ਕੋਸ਼ਿਸ਼ ਕੀਤੀ ਨਹੀਂ ਆਫਟਰ ਦੀ ਮਾਡਲ ਕੰਡਕਟ ਆਫ ਫੀਲ ਪਰਸਿਊ ਦ ਗਵਰਨਮੈਂਟ ਟੂ ਡੂ ਇਟ। ਸਾਡਾ ਗਠਬੰਧਨ ਅਕਾਲੀ ਦਲ ਨਾਲ ਹੈ, 2017 ਚੁਣਾਵ ਇਕੱਠੇ ਲੜਾਂਗੇ, ਹਰ ਚੁਣਾਵ ਇਕੱਠੇ ਲੜਾਂਗੇ। ਉਹਦਾ ਸਾਡਾ ਗਠਬੰਧਨ ਬਿਲਕੁਲ ਮਜ਼ਬੂਤ ਗਠਬੰਧਨ, ਔਰ ਅਕਾਲੀ ਦਲ ਸਾਡਾ ਸਭ ਤੋਂ ਪੁਰਾਣਾ ਲਾਈ ਹੈ। ਬਾਦਲ ਸਾਹਿਬ ਸਭ ਤੋਂ ਬੜੇ ਲੀਡਰ ਨੇ ਸਾਡੇ ਐਨ ਡੀ ਏ ਦੇ।